ਮੁੰਡੇ ਸਰੀਰ ਸਾਂ ਵੇਖੇ ਮਾਂ ਪੁੱਤ ਨੂੰ ਖੇਡਦਾ ਉਹ ਜਰੇ ਨਾ ਤੱਤੀ ਵਾ ਕੋਈ ਮਰੇ ਨਾ ਮਾਮ ਸੂਮਦੀ ਕੋਈ ਮਰੇ ਨਾ ਮਾਮ ਸੂਮਦੀ ਉਹਦੇ ਰੁਲ ਜਾਂਦੇ ਨੇ ਚਾ ਆਉਂਦਾ ਤੇ ਰੱਖੜੀ ਦਾ ਜਦ ਵੀ ਆਉਂਦਾ ਤੇ ਰੱਖੜੀ ਦਾ ਜਦ ਵੀ ਭੈਣਾ ਤੱਕਣ ਵੀਰ ਦਾ ਰਾਹ ਭੈਣਾ ਆਉਂਦੀਆਂ ਨੇ ਘਰ ਵੀਰ ਦੇ ਜ਼ਿਲ੍ਹਾ ਮੁਕਤਸਰ ਜੋ ਕਿ 40 ਮੁਕਤਿਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ ਉੱਥੋਂ ਦੀ ਰਹਿਣ ਵਾਲੀ ਰਿੰਕੂ ਧਾਰੀਵਾਲ ਉਸਤਾਦ ਗੁਰਸੇਵਕ ਆਲਮ ਦੀ ਸ਼ਾਗਿਰਦ ਰਿੰਕੂ ਧਾਰੀਵਾਲ ਰਿੰਕੂ ਇੱਕ ਬਿਹਤਰੀਨ ਕਲਾਕਾਰ ਵਜੋਂ ਅੱਗੇ ਵੱਧ ਰਹੀ ਹੈ। ਮੰਚ 'ਤੇ ਪਰਫੋਰਮ ਕਰਨ ਦਾ ਸੁਪਨਾ ਪੂਰਾ ਕਰਕੇ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਬੁਲੰਦੀਆਂ ਨੂੰ ਛੂ ਰਹੀ ਹੈ। ਰਿੰਕੂ ਦਾ ਜੀ ਅਸੀਂ ਸ਼ਾਦੀ ਸੁਭਾ ਕਰੀ ਗਰੀਬੀ ਦਾਅਵੇ 'ਚ ਘਰੋਂ ਨਜਾਇਜ਼ ਜੀ ਗਰੀਬ ਆ ਇਹਨਾਂ ਦੀ ਕੋਈ ਪਰਮਾਤਮਾ ਨੂੰ ਜੀ ਬਣੀ ਨਹੀਂ ਤਲਾਕ ਹੋ ਗਿਆ। ਉਸ ਤੋਂ ਬਾਅਦ ਰਿੰਕੂ ਦਾ ਚਾਹੇ ਸ਼ੌਂਕ ਦਾ ਸੁਣੋ ਚਾਹੇ ਗਰੀਬੀ ਦਾ ਵਾ ਸੁਣੋ ਵਿਚਾਰੀ ਜਗਰਾਤੇ ਜਗਰੂਤ ਲਾ ਕੇ ਇਹਦੀ ਬੱਚੀ ਹੈ ਛੋਟੀ ਜਿਹੀ ਪਾਲ ਲਈ ਹੁਣ ਉਹਦੀ ਅਸੀਂ ਪਾਲ ਪੋਸ ਕਰਦੇ ਹਾਂ ਪੜ੍ਹਾਈ ਲਿਖਾਈ ਕਰਾਈ ਜਾਂਦੇ ਹਾਂ ਛੇਵੀਂ 'ਚ ਇਹਦੀ ਬੱਚੀ ਆ ਕੁਛ ਇਹ ਸਵੇਤਾ ਲਾਉਂਦੀ ਹੈ ਜੀ ਕੁਛ ਗਰੀਬੀ ਦਾ ਵਿੱਚ ਤੁਹਾਨੂੰ ਪਤਾ ਹੀ ਅਸੀਂ ਆਪ ਕਰਦੇ ਹਾਂ ਬਾਕੀ ਆ ਵੀ ਜ਼ਿੰਦਗੀ ਬਦਲੇ ਸੋਚਦੀ ਹੈ ਜੀ ਜਗਰਾਤੇ ਲਾਉਂਦੀ ਹੈ ਉਹਦੇ ਨਾਲ ਜੋ ਜਾਂ ਵਿਚਾਰੀ ਨੂੰ ਕੰਮ ਮਿਲਦਾ ਮਤਲਬ ਕਿ ਇੱਕ ਵੀ ਆਪਦੀ ਜ਼ਿੰਦਗੀ ਬਦਲੇ ਵੀ ਸੋਚਦੀ ਆ ਆਪਦਾ ਸ਼ੌਂਕ ਸਮਝੋ ਤੋਂ ਕੁਛ ਸਮਝ ਸਭ ਤੋਂ ਪਹਿਲਾਂ ਮੇਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਰਿੰਕੂ ਧਾਲੀਵਾਲ ਇਹ ਮੇਰੀ ਬੇਟੀ ਹੈ ਜੀ ਮੇਰੀ ਜ਼ਿੰਦਗੀ ਦੇ ਹਾਲਾਤ ਇੱਦਾਂ ਦੇ ਸੀ ਜੀ ਵੀ ਮੇਰਾ ਤਲਾਕ ਹੋ ਗਿਆ ਸੀ ਜੀ ਘਰ ਵਾਲੀ ਨਾਲ ਇਹ ਬੇਟੀ ਮੇਰੀ 1.25 ਮਹੀਨੇ ਦੀ ਸੀ ਜੀ ਉਦੋਂ ਅਤੇ ਮੈਂ ਅਤੇ ਮੇਰੇ ਪਾਪਾ ਨੇ ਸੋਚਿਆ ਸੀ ਵੀ ਇਹ ਬੇਟੀ ਅਸੀਂ ਛੱਡਦੀ ਹੈ ਨਹੀਂ ਲੈਣੀ ਨਾਲ ਕਿਉਂਕਿ ਜਦੋਂ ਵੀ ਮੇਰੇ ਡੈਡ ਕਹਿੰਦੇ ਵੀ ਤੈਨੂੰ ਨਹੀਂ ਰੱਖਿਆ ਤਾਂ ਇਹਦੇ ਤੋਂ ਕੀ ਕਰਾਉਣਾ ਆਪਾਂ ਪਰ ਮੇਰੀ ਮੰਮਾ ਨੇ ਇਹ ਗੱਲ ਕਹੀ ਵੀ ਆਪਾਂ ਨਹੀਂ ਛੱਡਣੀ ਇਹਨੂੰ ਨਾਲ ਹੀ ਲੈ ਕੇ ਰੱਖਣਾ ਕਹਿੰਦੇ ਵੀ ਇਹਨੂੰ ਆਪਾਂ ਨਾਲ ਹੀ ਰੱਖਣੀ ਕਿਉਂਕਿ ਤੂੰ ਵੀ ਕਿਸੇ ਦੀ ਬੇਟੀ ਆ ਤੈਨੂੰ ਛੱਡਤਾ ਆਪਾਂ ਇਹਦੇ ਬਾਰੇ ਸੋਚਣਾ ਇੱਕ ਮਾਂ ਹੀ ਧੀ ਦੀ ਬਣਦੀ ਹੈ ਹੋਰ ਕੋਈ ਨਹੀਂ ਬਣਦਾ ਠੀਕ ਹੈ ਜੀ ਇਹਨੂੰ ਮੈਂ ਚੱਕ ਕੇ ਗੱਲ ਨਾਲ ਲਾਇਆ ਮੇਰਾ ਤਲਾਕ ਹੋ ਗਿਆ ਉਦੋਂ ਬਾਅਦ 'ਚ ਜ਼ਿੰਦਗੀ ਚੱਲਦੀ 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 ਜ਼ਿੰਦਗੀ ਦਾ ਮੋੜ ਫਿਰ ਦੁਬਾਰਾ ਉੱਥੇ ਆ ਗਿਆ ਜੀ ਉਸ ਟਿਕਾਣੇ 'ਤੇ ਕਿਉਂਕਿ ਜਿੱਥੇ ਮੈਂ ਕੁਛ ਵੀ ਨਹੀਂ ਕਰ ਸਕੀ ਸੀ ਵੀ ਮੇਰੇ ਕੋਲ ਇੱਕੋ ਹੀ ਹੱਲ ਸੀਗਾ ਜਾਂ ਮੌਤ ਵੀ ਇਹਨੂੰ ਵੀ ਨਾਲ ਲੈ ਕੇ ਖਤਮ ਹੋ ਜਾਂ ਅਤੇ ਜਾਂ ਵੀ ਮੈਂ ਆਪਦੀ ਜ਼ਿੰਦਗੀ ਵਿੱਚ ਕਿਉਂਕਿ ਮੇਰਾ ਇਹੀ ਸੀ ਪਰ ਫਿਰ ਮੈਂ ਸੋਚਿਆ ਉੱਥੇ ਚੱਲੀ ਗਈ ਕਿਸੇ ਦੇ ਨਾਲ ਇੱਥੇ ਸ਼ਹਿਰ ਵਿੱਚ ਰਹਿਣ ਲੱਗ ਗਈ ਆਪਦੇ ਮਾਂ ਪਿਓ ਤੋਂ ਵੱਖ ਹੋ ਕੇ ਕੁਛ ਇੰਨੀ ਵੀ ਹੋ ਗਈ ਮੈਨੂੰ ਗੁੱਸਾ ਆ ਗਿਆ ਆਪਦੇ ਆਪ ਨੂੰ ਵੀ ਮੈਂ ਕਿਸੇ ਜੋਗੀ ਵੀ ਨਹੀਂ ਮੈਂ ਆਪਦੀ ਬੇਟੀ ਨੂੰ ਲੈ ਕੇ ਸ਼ਹਿਰ ਰਹਿਣ ਲੱਗ ਗਈ ਸ਼ਹਿਰ ਤੋਂ ਗਾਂ ਕੋਈ ਮੈਨੂੰ ਇੱਕ ਆਂਟੀ ਉਹਨੂੰ ਮੈਂ ਮਾਸੀ ਕਹਿੰਦੀ ਸੀਗੀ ਮੇਰੇ ਪਾਪਾ ਦੀ ਮੇਰੀ ਮੰਮਾ ਦੀ ਭੈਣ ਬਣੀ ਵੀ ਸੀ ਉਹਦੇ ਕੋਲ ਰਹਿਣ ਲੱਗ ਗਈ ਉਹ ਮੈਨੂੰ ਇੱਥੇ ਰਾਜਸਥਾਨ ਲੈ ਗਈ ਸੀ ਰਾਜਸਥਾਨ ਤੋਂ ਬਾਅਦ ਫਿਰ ਮੇਰੀ ਉੱਥੇ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ ਗਾਇਕੀ ਦੀ ਮੈਨੂੰ ਮੇਰੇ ਉਸਤਾਦ ਜੀ ਮਿਲੇ ਕਾਕਾ ਸਿੰਘ ਚੌਹਾਨ ਉਹਨਾਂ ਤੋਂ ਮੇਰੀ ਸ਼ੁਰੂਆਤ ਹੋਈ ਉਹ ਕਹਿੰਦੇ ਵੀ ਬੇਟਾ ਤੂੰ ਸਿੱਖ ਸਕਦੀ ਹੈ ਮੈਂ ਕਿਹਾ ਵੀ ਉਸਤਾਦ ਜੀ ਮੈਨੂੰ ਪੜ੍ਹਾਈ ਦੀ ਪ੍ਰੋਬਲਮ ਆ ਵੀ ਮੈਂ ਨਹੀਂ ਸਿੱਖ ਸਕਦੀ ਕਿਉਂਕਿ ਵੀ ਪੜ੍ਹੇ ਲਿਖੇ ਬੱਚੇ ਸਿੱਖ ਸਕਦੇ ਆ ਇਹ ਕੁਛ ਮੈਂ ਨਹੀਂ ਸਿੱਖ ਸਕਦੀ ਉਹ ਕਹਿੰਦੇ ਵੇਖੋ ਉਹਨਾਂ ਨੇ ਮੈਨੂੰ ਨਾਮ ਗਿਣਾਏ ਸਿੰਗਰਾਂ ਦੇ ਚਰਨਜੀਤ ਚੰਨੀ ਕਹਿੰਦੇ ਇੰਨੇ ਸਾਰੇ ਸਿੰਗਰ ਨੇ ਜਿਹੜੇ ਪੜ੍ਹਾਈ ਤੋਂ ਬਗੈਰ ਆ ਉਹ ਬਹੁਤ ਕੁਛ ਬਣ ਸਕਦੀ ਹੈ ਤੂੰ ਵੀ ਇੱਕ ਨਾ ਇੱਕ ਦਿਨ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਜ਼ਰੂਰ ਕਰ ਰਹੀ ਆ 6-7 ਸਾਲ ਦੀ ਇਹ ਸੀਗੀ ਜਦੋਂ ਦਾ ਇਹਨੂੰ ਇਹ ਸ਼ੌਂਕ ਹੋਇਆ ਇਹਨੂੰ ਅਸੀਂ ਵੀ ਕਿਹਾ ਵੀ ਭਾਈ ਜੇ ਤੇਰੇ ਚੰਨ ਦੀ ਤਮੰਨਾ ਤੂੰ ਆਪਦੀ ਪੂਰੀ ਕਰ ਉਹਨਾਂ ਦੇ ਕਹਿਣ ਦੇ ਪਾਸ਼
ਮੈਂ ਕਿਹਾ ਠੀਕ ਹੈ ਜੀ। ਮੈਂ ਆਪਦੀ ਸ਼ੁਰੂਆਤ ਕਰਤੀ ਸ਼ੁਰੂ, ਉੱਥੋਂ ਫਿਰ 2 ਸਾਲ ਲਾ ਕੇ ਮੈਂ ਆਪਦੇ ਉਸਤਾਦ ਕੋਲ ਫਿਰ ਕੱਚੀ ਤਿਆਰੀ 'ਤੇ ਫਿਰ ਇੱਧਰ ਆ ਗਈ, ਫਿਰ ਰਹਿਣ ਲੱਗ ਗਈ ਡੱਬ ਵਾਲੀ। ਉਹ ਤੋਂ ਬਾਅਦ 'ਚ ਮੇਰੀ ਪੰਜਾਬ ਵਾਲੀ ਸਾਈਡ 'ਤੇ ਹੋ ਗਈ ਤਿਆਰੀ। ਉਦੋਂ ਬਾਅਦ 'ਚ ਮੈਂ ਚੰਨੂ ਪਿੰਡ ਰਹੀ, ਚੰਨੂ ਤੋਂ ਬਾਅਦ ਫਿਰ ਮੈਂ ਇੱਥੇ ਆਈ ਚੱਲ ਕੇ ਮੁਕਤਸਰ ਦੇ ਵਿੱਚ। ਹਰਦੇਵ ਸਿੰਘ ਸਰੀਲਾ ਜੀ ਇਹ ਮੇਰੇ, ਹੁਣ ਮੈਂ ਇਹਨਾਂ ਨੂੰ ਜੀਜਾ ਜੀ ਸਮਝਦੀ ਹਾਂ, ਪਰ ਪਹਿਲਾਂ ਇਹ ਕਿਸੇ ਸਿੰਘ ਤੌਰ 'ਤੇ ਮਿਲੇ ਸੀ ਇੱਕ ਦੂਜੇ ਨੂੰ, ਕਿਉਂਕਿ ਕੋਈ ਸਾਡਾ ਆਪਸਰੀ ਦੇ ਵਿੱਚ ਜਾਣ ਪਛਾਣ ਨਹੀਂ ਸੀ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਮਿਸਜ ਆ, ਉਹਨਾਂ ਨੂੰ ਮੈਂ ਸਿਸਟਰ ਬਣਾ ਲਿਆ। ਆਪਸਰੀ ਦੇ ਵਿੱਚ ਸਾਡੇ ਰਿਲੇਸ਼ਨ ਇੱਦਾਂ ਦੇ ਹੋ ਗਏ ਵੀ ਪਰਿਵਾਰ ਤਰ੍ਹਾਂ। ਬਾਕੀ ਅਸੀਂ ਵੀ ਜੀ ਹਟਾਈ ਨਹੀਂ, ਅਸੀਂ ਵੀ ਫਿਰ ਆਖਾਂ ਵੀ ਤੂੰ ਆਪਦਾ ਸ਼ੌਂਕ ਪੂਰਾ ਕਰ, ਬੱਚੀ ਆ ਤੇਰੀ ਅਸੀਂ ਸਾਂਭਾਂਗੇ, ਇਹ ਆਪਦਾ ਕਮਾਈ ਕਰਦੀ ਆ, ਅਸੀਂ ਵੀ ਕਰਦੇ ਹਾਂ। ਵੀ ਗਰੀਬੀ ਤੌਰ 'ਤੇ ਜੋ ਜਾਣਾ, ਇੰਨੀ ਮਹਿੰਗਾਈ 'ਚ ਨਹੀਂ ਵੀ ਪੂਰਾ ਆ ਸਕਦੇ ਆਪਾਂ, ਅਤੇ ਇਹਦੀ ਜ਼ਿੰਦਗੀ ਬਦਲੇ ਵੀ ਅਸੀਂ ਪੂਰਾ ਹੀ ਸੋਚਦੇ ਹਾਂ। ਅਤੇ ਆਹ ਦੇਖੋ, ਅਸੀਂ ਤਾਂ ਇਹਦਾ ਵੀ ਜਦੋਂ ਸਾਡਾ ਜੀ ਨਹੀਂ ਲੱਗਦਾ ਅਸੀਂ ਇਹਦੇ ਪੋਸਟਰ ਲਾ ਰੱਖੇ ਆ ਬਣਾ ਬਣਾ ਕੇ, ਕਿਉਂਕਿ ਸਾਨੂੰ ਵੀ ਚੰਗਾ ਲੱਗਦਾ ਇਹ ਕੰਮ। ਇਹ ਮੈਨੂੰ ਆਪਦੀ ਬੱਚੀ ਤਰ੍ਹਾਂ ਸਮਝਣ ਲੱਗ ਗਏ, ਮੈਂ ਇਹਨਾਂ ਦੇ ਬੱਚਿਆਂ ਤਰ੍ਹਾਂ ਰਹਿਣ ਲੱਗ ਗਈ ਇਸ ਘਰ ਦੇ ਵਿੱਚ। ਪਹਿਲਾਂ ਮੇਰਾ, ਮੈਨੂੰ ਇਸ ਤਰ੍ਹਾਂ ਸੀ ਜੀ ਵੀ ਮੇਰਾ ਕੋਈ ਵੀ ਹੈ ਨਹੀਂ ਦੁਨੀਆਂ ਦੇ ਵਿੱਚ, ਇੱਕ ਸਿਰਫ ਮਾਂ ਪਿਓ ਦੀ ਵੀ ਮੈਂ ਐਂ ਕਰਨ ਸੋਚਣਾ ਛੱਡਤਾ ਸੀ ਵੀ ਮੇਰਾ ਮਾਂ ਪਿਓ ਹੈਗਾ। ਮੈਨੂੰ ਐਂ ਸੀ ਵੀ ਜ਼ਿੰਦਗੀ ਦੇ ਵਿੱਚ ਇੱਕ ਮੈਂ ਹਾਂ ਅਤੇ ਇੱਕ ਮੇਰੀ ਬੇਟੀ ਹੈ, ਬਸ 2 ਹੀ ਜਣੇ ਅਸੀਂ। ਜੇ ਵੀ ਮੈਨੂੰ ਕੁਛ ਹੋਊਗਾ ਤਾਂ ਮੈਂ ਇਹਨੂੰ ਵੀ ਨਾਲ ਹੀ ਲੈ ਕੇ ਜਾਊਂਗੀ, ਕਿਉਂਕਿ ਮੈਂ ਵਿਆਹ ਦਾ ਚਾਂਸ ਕੋਈ ਨਹੀਂ ਕੀਤਾ ਜੀ। ਬੜੇ ਲੋਕ ਸੀ ਮੈਨੂੰ ਮਿਲਦੇ ਸੀ ਵੀ ਤੂੰ ਮੈਰਿਜ ਕਰਾ ਲਾ, ਤੇਰੀ ਉਮਰ ਛੋਟੀ ਆ, ਤੇਰੇ ਐਂ ਕਰਵਾ ਦਿੰਦੇ। ਮੈਂ ਕਹਿੰਦੀ ਸੀ ਜੀ ਨਹੀਂ, ਮੈਂ ਆਪਦੀ ਆਪਦੇ ਪੈਰਾਂ ਸਿਰ ਖੜ੍ਹੀ ਹੋ ਕੇ ਦਿਖਾਊਂਗੀ ਵੀ ਕਿਸੇ ਨੂੰ ਪਤਾ ਲੱਗੇ ਵੀ ਹਾਂ ਠੀਕ ਹੈ। ਅਸੀਂ ਤਾਂ ਕਹਿੰਦੇ ਵੀ ਇਹ ਵਿਚਾਰੀ ਦੀ ਪਰਮਾਤਮਾ ਇਹਨੂੰ ਦਾਤੀ ਲੋਕ ਸਾਥ ਦੇਵੇ ਤਾਂ ਇਹ ਦੂਜੀ ਮੰਜ਼ਿਲ 'ਤੇ ਜਾਵੇ। ਫਿਰ ਮੈਂ ਜਾਗਰਣ ਕਰਨੇ ਸ਼ੁਰੂ ਕਰਤੇ ਜੀ। ਇੱਥੇ ਆਉਣੇ ਬਾਅਦ ਇਹਨਾਂ ਨਾਲ ਜਾਂਦੀ ਸੀ ਭਾਅ ਜੀ ਨੂੰ, ਮੈਂ ਕਿਹਾ ਜੀ ਤੁਸੀਂ ਵੇਖੋ ਤੁਸੀਂ ਮੇਰੇ ਨਾਲ ਤੁਰੋ, ਮੈਂ ਉੱਦਾਂ ਦੀ ਕੁੜੀ ਹੈ ਨਹੀਂ। ਹਰ ਕੁੜੀ 'ਤੇ ਮੁਸ਼ਕਲ ਕਿਹਨੂੰ ਆਉਂਦੀ ਹੈ ਜੀ, ਇੱਕ ਔਰਤ ਨੂੰ। ਮਰਦ ਕੁਛ ਵੀ ਕਰ ਸਕਦਾ, ਇੱਕ ਔਰਤ ਦੀ ਐਡੀ ਵੱਡੀ ਮਜਬੂਰੀ ਬਣ ਜਾਂਦੀ ਹੈ ਵੀ ਨਾ ਉਹ ਮਰ ਸਕਦੀ ਹੈ ਅਤੇ ਨਾ ਉਹ ਜੀ ਸਕਦੀ ਹੈ। ਉਹ ਕਹਿੰਦੇ ਆ ਨਾ ਜੀ ਅੰਦਰ ਚੂਹੇ ਖਾਂਦੇ ਆ ਅਤੇ ਬਾਹਰ ਕਾਂ ਖਾਂਦੇ ਆ, ਕਿਉਂਕਿ ਉਹਦੀ ਐਡੀ ਭੈੜੀ ਮਜਬੂਰੀ ਬਣ ਜਾਂਦੀ ਹੈ ਵੀ ਉਹਨੂੰ ਕੋਈ ਵੀ ਪਾਸਾ ਨਹੀਂ ਹੁੰਦਾ। ਇੱਕ ਫਿਰ ਉਹ ਕੀ ਸੋਚਦੀ ਆ ਵੀ ਇੱਕ ਸਿਰਫ ਸੋਚਦੀ ਵੀ ਮੈਂ ਮੌਤ, ਵੀ ਮੈਂ ਮਰ ਜਾਂ ਤਾਂ ਵਧੀਆ ਗੱਲ ਆ, ਪਰ ਨਹੀਂ ਮੈਂ ਇਹ ਰਸਤੇ ਚੱਲ ਕੇ ਫਿਰ ਵੀ ਮੈਂ ਇਹੀ ਗੱਲ ਸੋਚੀ ਵੀ ਨਹੀਂ ਮਰਨਾ ਨਹੀਂ ਚਾਹੀਦਾ। ਬੰਦਾ ਉਹੀ ਹੁੰਦਾ ਜਿਹੜਾ ਜੀ ਕੇ ਦਿਖਾਉਂਦਾ ਕਿਸੇ ਨੂੰ, ਮਰ ਗਏ ਤਾਂ ਇੱਥੇ ਜ਼ਿੰਦਗੀ ਖਤਮ ਹੋ ਜਾਣੀ ਹੈ ਅਤੇ ਕੀ ਆਖਣਗੇ ਵੀ ਸ਼ਾਇਦ ਉਹ ਕੁੜੀ ਦੇ ਵਿੱਚ ਨੁਕਸ ਸੀਗਾ ਤਾਂ ਕਰਕੇ ਉਹ ਮਰ ਗਈ, ਉਹਦੇ ਤੋਂ ਕੁਛ ਉਹਦੇ ਮਾਂ ਪਿਓ ਨੇ ਵੀ ਕੱਢਤੀ। ਫਿਰ ਮੈਂ ਸੋਚਿਆ ਵੀ ਕੁਛ ਬਣ ਕੇ ਦਿਖਾਈਏ ਦੁਨੀਆ ਨੂੰ, ਹੌਲੀ 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 ਰਸਤੇ 'ਚ ਮੰਜ਼ਿਲ ਪੈਂਦੀ ਪੈਂਦੀ। ਉਦੋਂ ਬਾਅਦ ਦੇ ਵਿੱਚ ਆਲਮ ਸਰ ਜੀ ਇੱਥੇ ਆਉਂਦੇ ਆ ਸਟੂਡੀਓ ਦੇ ਵਿੱਚ, ਇਹਨਾਂ ਨੇ ਕਿਹਾ ਕਹਿੰਦੇ ਵੀ ਬੇਟਾ ਤੂੰ ਇੱਦਾਂ ਕਰਕੇ ਆਪਾਂ ਵੇਖ ਲੈਂਦੇ ਹਾਂ, ਮੇਰੇ ਨਾਲ ਹੋਰ ਵੀ ਬੱਚੇ ਹੈਗੇ ਆ, ਤੁਸੀਂ ਜੇ ਕਹੋ ਤਾਂ ਤਿਆਰੀ ਮੇਰੇ ਥਰੂ ਸ਼ੁਰੂ ਕਰ ਦਿਉ, ਸ਼ੁਰੂ ਕਰਕੇ ਤੁਰ ਮੈਂ ਇਸ ਤਰ੍ਹਾਂ ਕਰਕੇ ਉੱਥੇ ਲੈ ਚੱਲਦੇ ਨੇ ਦਿਨ। ਅਸੀਂ ਕਦੇ ਕਮੀ ਵਾਲੀ ਗੱਲ ਹੀ ਨਹੀਂ ਰੱਖੀ ਜੀ, ਜਿੰਨਾ ਕਿ ਇਹਦਾ ਸੰਯੋਗ ਦਿੰਦੇ ਹਾਂ ਵੱਧ ਤੋਂ ਵੱਧ ਇਹਦੀ ਬੱਚੀ ਵਾਸਤੇ, ਇਹਦੇ ਵਾਸਤੇ ਅਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ। ਹਾਂ ਵੀ ਅਸੀਂ ਆਪਦਾ ਇਹਦੇ ਨਾਲ ਸਹਿਮਤ ਹਾਂ ਵੀ ਜੋ ਵੀ ਕਰੂਗੀ ਅਸੀਂ ਨਾਲ ਇਹਦੇ ਹੈਗੇ ਹਾਂ, ਸੰਯੋਗ ਦੇਵਾਂਗੇ। ਆਪਦੀ ਜ਼ਿੰਦਗੀ ਬਦਲੇ ਇਹ ਸੋਚਦੀ ਆ, ਅਸੀਂ ਵੀ ਇਹਦੀ ਜ਼ਿੰਦਗੀ ਬਦਲੇ ਬਰਾਬਰ ਹੀ ਸੋਚਦੇ ਵੀ ਪਰਮਾਤਮਾ ਇਹਨੂੰ ਸਾਥ ਦੇਵੇ, ਸੱਚੇ ਸਤਿਗੁਰ ਇਹਨੂੰ ਪਰਮਾਤਮਾ ਵਧਾਵੇ, ਇਹਦੀ ਜ਼ਿੰਦਗੀ ਬਦਲੇ ਇਹ ਸੋਚੇ, ਅਸੀਂ ਵੀ ਇਹਦੇ ਨਾਲ। ਮੈਂ ਚੱਲੀ ਗਈ ਜੀ ਉੱਥੇ, ਮੈਂ ਐਡੀਸ਼ਨ ਦਿੱਤੀ, ਮੈਂ ਰਾਊਂਡ ਪਾਸ ਕਰ ਗਈ ਕਿਸਮਤ ਨਾਲ, ਕਿਉਂਕਿ ਕਿਸਮਤ ਮੇਰੀ ਕਿਤੇ ਕੰਮ ਕਰ ਗਈ ਜੀ। ਅਤੇ ਨਹੀਂ ਕੁਛ ਵੀ, ਜਿਸ ਟਾਈਮ ਸਾਡੇ ਹਾਲਾਤ ਸੀ, 5 ਭੈਣਾਂ ਸੀ ਅਸੀਂ, ਇੱਕ ਸਾਡੇ ਭਰਾ ਏ, ਭਰਾ ਦੀ 14 ਸਾਲ ਦੀ ਉਮਰ ਹੈ ਜੀ, 14ਵਾਂ ਲੱਗਿਆ ਗਿਆ ਉਸਨੂੰ, 13 ਸਾਲ ਦੀ ਉਮਰ ਆ। ਇੱਕ ਭਰਾ ਏ, ਕੋਈ ਵੀ ਹੈ ਨਹੀਂ ਸੀ, ਬੇਸਹਾਰਾ ਵਾਲੀ ਗੱਲ ਹੀ ਸੀ। ਮਾਂ ਪਿਓ ਆ ਮੇਰਾ, ਮਿਹਨਤ ਕਰਦੇ ਆ, ਦਿਹਾੜੀ ਜਾਂਦੇ ਆ ਦੋਨੇ, ਦਿਹਾੜੀ ਕਰਕੇ ਢਿੱਡ ਭਰਦੇ ਹਾਂ ਅਸੀਂ ਜੀ। ਕੋਈ ਇਹਦੇ ਵਿੱਚ ਉਹ ਹੈ ਨੀਗਾ ਜੋ ਕੋਈ ਕਵੇ ਵੀ ਚਾਹੇ ਵੀ, ਕਿਉਂਕਿ ਮੇਰੀ ਜ਼ਿੰਦਗੀ ਬਾਰੇ ਬਹੁਤ ਜ਼ਿਆਦਾ ਹੀ ਲੋਕਾਂ ਨੂੰ ਪਤਾ ਹੈ, ਰਾਜਸਥਾਨ ਦੇ ਵਿੱਚ ਵੀ ਪਤਾ ਹੈ, ਕਿਉਂਕਿ ਮੈਂ ਕਿਸੇ ਦੇ ਅੱਗੇ ਆਪਦੀ ਵਡਿਆਈ ਨਹੀਂ ਕੀਤੀ। ਮੈਂ ਇਹੀ ਗੱਲ ਕਿਹਾ ਵੀ ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ, ਇਹੀ ਮੇਰੀ ਜ਼ਿੰਦਗੀ ਹੈ ਜੀ। ਮੇਰੀ ਜ਼ਿੰਦਗੀ ਦਾ ਖਾਤਾ ਸੱਜਣਾ ਬੇਤਲਾ ਤੇਰੇ ਵਾਲ ਹੈ, ਬਿਹਤਰੀਨ ਗੱਲ ਨਾਲ ਬਿਹਤਰੀਨ।
ਬਿਹਤਰੀਨ ਆਵਾਜ਼ ਨਾਲ ਬੁਲੰਦ ਰਿੰਕੂ ਧਾਲੀਵਾਲ ਆਪਣੀ ਆਵਾਜ਼ ਦੇ ਜਾਦੂ ਨਾਲ ਹਜ਼ਾਰਾਂ ਦਿਲਾਂ ਤੇ ਰਾਜ ਕਰ ਰਹੀ ਹੈ। ਪੰਜੇ ਪੀਰ ਗਵਾ ਰੱਖ ਲੈ ਇੱਕ ਮੇਰੇ ਵਿੱਚ ਸਭ ਤੋਂ ਵੱਡੀ ਕਮੀ ਹੈ ਜੀ, ਜੋ ਮੈਂ ਤੁਹਾਡੇ ਅੱਗੇ ਪੇਸ਼ ਕਰਨ ਲੱਗੀ ਹਾਂ। ਕੀ ਕਮੀ ਹੈ ਜੀ? ਕੋਈ ਵੀ ਕੁੜੀ ਮੇਰੇ ਅੱਗੇ ਗਾ ਕੇ ਚਲੀ ਜਾਵੇ ਫਿਰ ਮੈਨੂੰ ਗੁੱਸਾ ਭਰਿਆ ਜਾਂਦਾ ਮੇਰੇ ਵਿੱਚ ਜੀ। ਇਸ ਤਰ੍ਹਾਂ ਹੋ ਜਾਂਦਾ ਮੈਨੂੰ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਆ, ਮੈਂ ਇਹਦੇ ਤੋਂ ਅੱਗੇ ਵਧਾਂ ਇਸ ਚੀਜ਼ ਬਾਰੇ ਜੀ। ਫਿਰ ਮੈਨੂੰ ਜਦੋਂ ਮੈਂ ਗਈ ਆਡੀਸ਼ਨ ਦਿੱਤੀ ਜੀ, ਪਹਿਲਾਂ ਮੈਨੂੰ ਸਰ ਨੇ ਦੱਸਿਆ, ਗੁਰਸੇਵਕ ਆਲਮ ਜੀ ਨੇ, ਕਹਿੰਦੇ ਵੀ ਬੇਟਾ ਜਾਣਾ ਤੁਹਾਡਾ ਮਨ ਹੈਗਾ? ਮੈਂ ਕਹਤਾ ਸਰ ਵੀ ਕਰ ਤਾਂ ਮੈਂ ਕੁਛ ਸਕਦੀ ਹਾਂ ਪਰ ਫਿਰ ਵੀ ਮੇਰਾ ਮਨ ਇੱਦਾਂ ਲੱਗ ਰਿਹਾ ਵੀ ਮੈਨੂੰ ਵੀ ਨਹੀਂ। ਉਹ ਕਹਿੰਦੇ ਨਹੀਂ ਤੂੰ ਬੇਟਾ ਚੱਲ ਕਰ, ਕਿਉਂਕਿ ਅੱਜ ਮੈਨੂੰ ਪਛਾਣ ਵਾਲੇ ਇਹ ਆ ਗੁਰਸੇਵਕ ਆਲਮ ਜੀ ਜੀ, ਇਹ ਮੇਰੇ ਉਸਤਾਦ ਜੀ ਨੇ ਜੀ, ਕਿਉਂਕਿ ਜਿਨ੍ਹਾਂ ਦੇ ਦੌਰ ਮੈਂ ਅੱਜ ਅੱਗੇ ਗਈ ਹਾਂ ਜੀ, ਪ੍ਰੋਗਰਾਮ ਦੇ ਵਿੱਚ ਗਈ ਹਾਂ। ਕਿਸਮ ਹੈ ਕਿਤਨਾ ਦਮ, ਇਸ ਪ੍ਰੋਗਰਾਮ ਦੇ ਵਿੱਚ ਜੀ ਇਹੀ ਮੈਨੂੰ ਪਹੁੰਚਾਉਣ ਵਾਲੇ ਆ। ਪਰ ਹਾਂ, ਮੈਂ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਕਰਦੀ ਹਾਂ ਜੀ, ਮਾਤਾ ਰਾਣੀ ਦੇ ਅੱਗੇ ਅਰਜੀ ਵੀ ਇਹੀ ਲਾਊਂਗੀ ਵੀ ਮੈਨੂੰ ਜਿਵੇਂ ਜਿਵੇਂ ਮੈਂ ਤੁਹਾਡੇ ਜਾਗਰਣਾਂ ਦੇ ਵਿੱਚ ਲੋਕਾਂ ਦਾ ਦਿਲ ਜਿੱਤਿਆ, ਇੱਦਾਂ ਹੀ ਮੈਂ ਦੁਨੀਆ ਦਾ ਸਾਰੀ ਦੇ ਦਿਲ ਇੱਦਾਂ ਹੀ ਜਿੱਤਾਂ ਚੈਨਲਾਂ ਦੇ ਵਿੱਚ। ਰਿੰਕੂ ਧਾਰੀਵਾਲ ਬਾਰੇ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ ਮੇਰੇ ਕੋਲ ਇਹਨਾਂ ਨੂੰ 4 ਸਾਲ ਦੇ ਹੋ ਚੁੱਕੇ ਆ ਆਇਆਂ ਨੂੰ। ਬਹੁਤ ਹੀ ਨੇਕ ਹੈ ਔਰ ਜ਼ਿਆਦਾ ਖੁਸ਼ੀ ਦੀ ਗੱਲ ਮੈਨੂੰ ਇਹ ਹੈ ਕਿ ਇਹ ਆਪਣੀ ਗਾਇਕੀ ਨੂੰ ਲੈ ਕੇ ਬੜੀ ਪਾਵਰਫੁੱਲ ਹੈ। ਜਦੋਂ ਵੀ ਇਹਨੂੰ ਮਿਹਨਤ ਕਰਨ ਦਾ ਮੌਕਾ ਮਿਲਦਾ ਵੱਧ ਤੋਂ ਵੱਧ ਮਿਹਨਤ ਕਰਦੀ ਹੈ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰਨ ਦੀ। ਇਹਦੇ 'ਚ ਇੰਨੀ ਕੁੱਟ ਕੁੱਟ ਕੇ ਕਿਸੇ ਨੇ ਭਰਿਆ ਹੋਇਆ ਕਿ ਤੂੰ ਪਿੱਛੇ ਨਹੀਂ ਹਟਣਾ, ਤੂੰ ਆਪਣੇ ਮਾਂ ਬਾਪ ਦੀ ਗਰੀਬੀ ਨੂੰ ਦੇਖਦੀ ਹੋਈ ਆਪਣੇ ਆਪ ਨੂੰ ਅੱਗੇ ਇੰਨਾ ਲਿਜਾਣਾ ਕਿ ਉਹ ਇੱਕ ਸਿਖਰ 'ਤੇ ਖੜ੍ਹੇ ਹੋਏ ਦਿਸਣ ਅਤੇ ਤੂੰ ਵੀ ਉਹਨਾਂ ਤੋਂ ਉੱਪਰ ਖੜ੍ਹੀ ਹੋਵੇ ਤਾਂ ਫਿਰ ਵਧੀਆ ਲੱਗਦਾ। ਇਹਨਾਂ ਗੱਲਾਂ ਨੂੰ ਸੁਣ ਕੇ ਬੜਾ ਮਨ ਖੁਸ਼ ਹੁੰਦਾ ਅਤੇ ਔਰ ਮੇਰੀ ਵੀ ਕੋਸ਼ਿਸ਼ ਹੈ ਕਿ ਮੈਂ ਵੱਧ ਤੋਂ ਵੱਧ ਇਹਦੀ ਸਪੋਰਟ ਕਰਾਂ। ਉਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ, ਧੰਨਵਾਦ ਆ ਮੈਂ ਕਰਦਾ, ਧੰਨਵਾਦੀ ਹਾਂ ਇਹਨਾਂ ਦਾ, ਗੁਰਸੇਵਕ ਆਲਮ ਜੀ ਦਾ, ਜਿਹੜੇ ਇਹਨਾਂ ਦੀ ਬਹੁਤ ਜ਼ਿਆਦਾ ਤਿਆਰੀ ਕਰਾਉਂਦੇ ਨੇ। ਕਿਉਂਕਿ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਕਿ ਇਹ ਚੈਨਲਾਂ 'ਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ। ਇਹ ਸਮੇਂ ਸਮੇਂ ਅਨੁਸਾਰ ਇਹਨਾਂ ਨੂੰ ਤਿਆਰੀ ਕਰਾਉਂਦੇ ਰਹਿੰਦੇ ਆ, ਇਹਨਾਂ ਦਾ ਰਿਆਜ਼ ਕਰਾਉਂਦੇ ਆ। ਬਾਕੀ KKSD ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਨਿਮਾਣਿਆ ਜਾਂ ਨੂੰ ਇੱਥੋਂ ਤੱਕ ਪਹੁੰਚਾ ਕੇ ਇਸ ਬੱਚੀ ਦਾ ਹੌਸਲਾ ਵਧਾਇਆ। ਔਰ ਪਰਮਾਤਮਾ ਅੱਗੇ ਇਹੀ ਦੁਆ ਕਰਦਾ ਕਿ ਇਸ ਪ੍ਰੋਗਰਾਮ ਨੂੰ ਬੁਲੰਦੀਆਂ ਤੱਕ ਲਿਜਾਵੇ, ਇਹਨਾਂ ਦੇ ਨਾਲ ਨਾਲ ਸਾਨੂੰ ਵੀ ਉੱਥੇ ਕੁਰਸੀਆਂ 'ਤੇ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖਣ ਦਾ ਮੌਕਾ ਮਿਲੇ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸੇਵਕ ਆਲਮ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਆਲਮ ਮਿਊਜ਼ਿਕ ਅਕੈਡਮੀ ਤੋਂ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਿੰਨੇ ਵੀ ਇਸ ਅਕੈਡਮੀ ਦੇ ਵਿੱਚ ਬੱਚੇ ਸਿੱਖ ਰਹੇ ਨੇ ਅਲੱਗ ਅਲੱਗ ਥਾਵਾਂ 'ਤੇ, ਬਹੁਤ ਸਾਰੀਆਂ ਬੁਲੰਦੀਆਂ ਨੂੰ ਛੂ ਰਹੇ ਨੇ, ਉਹਨਾਂ ਦੇ ਵਿੱਚੋਂ ਰਿੰਕੂ ਧਾਲੀਵਾਲ ਇੱਕ ਬੱਚਾ ਹੈ ਜਿਹੜਾ ਇੱਕ ਬਹੁਤ ਹੀ ਸੁਪਰਹਿਟ ਸ਼ੋਅ KKH ਦੀ ਕਿਸਮੇ ਕਿਤਨਾ ਹੈ ਦਮ ਉਸ ਦੇ ਵਿੱਚ ਪਰਫੋਰਮ ਕਰ ਰਿਹਾ ਔਰ ਵੱਖ ਵੱਖ ਮੰਜ਼ਿਲਾਂ ਪੜਾਵਾਂ ਨੂੰ ਪਾਰ ਕਰਦਾ ਹੋਇਆ ਕੁਆਟਰ ਫਾਈਨਲ ਦੇ ਵਿੱਚ ਜਿਹੜੀ ਇਹ ਲੜਕੀ ਪਹੁੰਚ ਚੁੱਕੀ ਹੈ। ਔਰ ਮੈਨੂੰ ਪੂਰੀ ਉਮੀਦ ਹੈ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਗ੍ਰੈਂਡ ਫਾਈਨਲ ਤੱਕ ਜਾਵਾਂਗੇ ਔਰ ਸਾਡੇ ਜ਼ਿਲ੍ਹੇ ਦਾ ਔਰ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਬੜੇ ਮਾਣ ਨਾਲ ਆਪਣੇ ਜਿਹੜੇ ਸਟੂਡੈਂਟ ਆ, ਪਿਆਰੇ ਸਟੂਡੈਂਟ ਬੱਚੇ, ਉਹਨਾਂ ਨਾਲ ਜਾਣ ਪਛਾਣ ਕਰਵਾਉਣਾ ਚਾਹਾਂਗਾ। ਇਹ ਜੋ ਲੜਕੀ ਹੈ ਰਿੰਕੂ ਧਾਲੀਵਾਲ, KKH ਦੀ ਪ੍ਰੋਗਰਾਮ ਦੇ ਵਿੱਚ ਜੋ ਪਾਰਟੀਸਪੇਟ ਕਰ ਰਹੀ ਹੈ ਕੁਆਟਰ ਫਾਈਨਲ ਰਾਊਂਡ ਦੇ ਵਿੱਚ ਹੈ, ਔਰ ਇਹ ਸਾਡਾ ਬੱਚਾ ਹਿਮਾਂਸ਼ੂ, ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਜੇ ਪਰਮਾਤਮਾ ਨੂੰ ਵੀ ਪਾਉਣਾ ਤਾਂ ਵੀ ਇੱਕ ਵਿਚੋਲੇ ਦੀ ਲੋੜ ਹੈ, ਔਰ ਸਾਨੂੰ ਵੀ ਇਹ ਚੀਜ਼ ਦਾ ਪਾਉਣ ਵਾਲਾ ਸਾਡਾ ਹੀ ਬੱਚਾ ਹੈ ਜਿਹੜਾ ਇੱਕ ਵਿਚੋਲਾ ਬਣ ਕੇ ਉੱਭਰਿਆ ਔਰ KKH ਦੀ ਔਰ ਸਾਰੀ ਸੰਗਤ ਦੇ ਨਾਲ ਸਾਨੂੰ ਬੁਲਾਉਣ ਵਾਲਾ।
और आने वाले के के एच डी टू के मैं अज दसना चाहवागा कि ये बच्चे जोड़े वो रेडी हो रहे हैं और बहुत बुलंदियाँ छून गए। तो साड़ी बेटी है जी साडे खून के रिश्ते चो मेरी भतीजी है और इन्हों एक बेटे की तरह पाल के संगीत का जोड़ा शौक है इन्हों का उसनों बुलंद करने वास्ते रमनदीप कौर क्वार्टर फाइनल भी पहुँच चुके हैं और एक साडा बहुत प्यारा बेटा गगन श्री मुक्तसर साहब तो ये भी आने वाले जोड़े क्वार्टर फाइनल के के एच डी टीम के सैकंड लास्ट के के एच डी टू जो पार्टीसपेट करने वाले ने और साडा बहुत प्यारा बच्चा बंटी जिन्हों का पूरा नेम मोहन सिंह है और अस नित नेम इन्होंने प्यार बंटी सिंह ये भी बहुत सारिया बुलंदियों छू रहा है और रमन का ब्रदर मेरा भतीजा इन्हों भी सी आने वाले समय के संगीत के खेत्र के मेरी जरा म्यूजिकल ग्रुप है प्रोग्रामा तो मेरे नाल जाता और अगे तो मेरी टीम के सदा वास्ते जुड़िया रहेगा और मैं परमात्मा अगे ये दुआ करदा सच्चे पातशाह अगे कि इस तरह और जोड़े बच्चे आन और अपन मंजिलों छूँदे हुए इस अकैडमी का और साढ़े इलाके का नाम रोशन कर। थैंक यू जी। धन्यवाद मैं ये करती हाँ जी वरुण बंसल जी का जी क्योंकि जिन्होंने मैनू इन्नी वड्डी सपोर्ट दित्ती। सब तो पहला मैं ही ऐं सोचती सी खड़ी सी जदों मैं जाके उदो मैनू यही फील हुंदा सीगा भी इत्थे इन्ने इन्ने जाई जांदे आ ते मैं तां कुछ भी नहीं एक मैं तां विचारना दी धूड़ भी है नहीं। अमीर लोग बहुत ज़्यादा सी ते गरीब तो गरीब आए सी जी मैनू यही सोच सी मेरी भी मेरी अर्जी किसी ने नहीं सुननी पर उन्होंने मेरी अर्जी जरूर सुनी जी।